ਪੰਜਾਬੀ ਰੀਡਰ 7A 2019 ਐਡੀਸ਼ਨ ਲੈਸਨ 11 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਦੇ ਵਿੱਚ ਅਸੀਂ ਬਾਬਾ ਫਰੀਦ ਜੀ ਦੀ ਜੀਵਨੀ ਦੇ ਬਾਰੇ ਚ ਪੜਾਂਗੇ ਤੇ ਇਹ ਲੇਖ ਐਸੇ ਡਾਕਟਰ ਤ੍ਰਿਪਤ ਕੋਰ ਨੇ ਲਿਖਿਆ ਰਾਈਟਿੰਗ ਸਟੈਂਡਰਡ ਸਟੂਡੈਂਟਸ ਕੈਨ ਸਪੀਕ ਰੀਡ ਐਂਡ ਰਾਈਟ ਸਿੰਪਲ ਕੰਪਾਊਂਡ ਐਂਡ ਕੰਪਲੈਕਸ ਸੈਂਟੈਂਸਸ ਡਿਸਕ੍ਰਾਈਬਿੰਗ ਪੀਪਲ ਐਂਡ ਸਟੇਟਿੰਗ opinion ਬਾਬਾ ਫਰੀਦ ਜੀ ਦਾ ਅਸਲੀ ਨਾਂ ਸ਼ੇਖ ਫਰੀਦੁੱਦਿਨ ਮਸੂਦ ਸੀ ਫਰੀਦ ਸ਼ਬਦ ਦਾ ਮਤਲਬ ਹੈ ਅਨੋਖਾ ਉਹਨਾਂ ਦੇ ਨਾਂ ਦੇ ਨਾਲ ਸ਼ੱਕਰਗੰਜ ਵੀ ਜੁੜ ਗਿਆ ਉਹ ਪੰਜਾਬੀ ਦੇ ਸਭ ਤੋਂ ਪਹਿਲੇ ਕਵੀ ਮੰਨੇ ਗਏ ਹਨ ਉਹਨਾਂ ਤੋਂ ਪਹਿਲਾਂ ਦੀ ਕੋਈ ਲਿਖਤ ਪੰਜਾਬੀ ਵਿੱਚ ਨਹੀਂ ਮਿਲੀ ਬਾਬਾ ਫਰੀਦ ਦਾ ਜਨਮ 1173 ਵਿੱਚ ਪਿੰਡ ਖੋਤਵਾਲ ਪਾਕਿਸਤਾਨ ਵਿੱਚ ਹੋਇਆ ਫਰੀਦ ਜੀ ਦੇ ਪਿਤਾ ਜੀ ਦਾ ਨਾਮ ਜਮਾਲਉਦੀਨ ਸੁਲੇਮਾਨ ਸੀ ਉਹ ਕਾਬਲ afghanistan ਦੇ ਰਹਿਣ ਵਾਲੇ ਸਨ ਫਰੀਦ ਜੀ ਦੀ ਮਾਂ ਬਹੁਤ ਸਿਆਣੀ ਅਤੇ ਚੰਗੇ ਦਿਲ ਵਾਲੀ ਸੀ ਉਸ ਨੂੰ ਰੱਬ ਨਾਲ ਪਿਆਰ ਸੀ ਅਤੇ ਉਹ ਇਹ ਹੀ ਪਿਆਰ ਫਰੀਦ ਜੀ ਦੇ ਦਿਲ ਵਿੱਚ ਪਾਉਣਾ ਚਾਹੁੰਦੀ ਸੀ ਕਿਹਾ ਜਾਂਦਾ ਹੈ ਕਿ ਉਫਰੀਦ ਜੀ ਨੂੰ ਨਮਾਜ਼ ਪੜਨ ਦਾ ਪਿਆਰ ਪਾਉਣ ਲਈ ਕਹਿੰਦੀ ਫਰੀਦਾ ਜੇ ਤੂੰ ਨਮਾਜ਼ ਪੜੇਂਗਾ ਤਾਂ ਰੱਬ ਤੈਨੂੰ ਇਨਾਮ ਦੇਵੇਗਾ ਫਰੀਦ ਜੀ ਨੂੰ ਸ਼ੱਕਰ ਬਹੁਤ ਚੰਗੀ ਲੱਗਦੀ ਸੀ ਸ਼ੱਕਰ ਇਸ ਲਾਈਕ ਰੌਕ ਇਨ 슈ਗਰ ਮਾਂ ਆਪ ਹੀ ਫਰੀਦ ਜੀ ਦੀ ਦਰੀ ਦੇ ਹੇਠਾਂ ਸ਼ੱਕਰ ਰੱਖ ਦਿੰਦੀ ਫਰੀਦ ਜੀ ਸ਼ੱਕਰ ਨੂੰ ਰੱਬ ਦਾ ਇਨਾਮ ਸਮਝ ਕੇ ਖਾ ਲੈਂਦੇ ਇਸ ਤਰ੍ਹਾਂ ਫਰੀਦ ਜੀ ਨੂੰ ਨਮਾਜ਼ ਪੜਨ ਦੀ ਆਦਤ ਵੀ ਪੈ ਗਈ ਨਮਾਜ਼ ਇਜ਼ ਲਾਈਕ ਵੀ ਹੈਵ आवर ਪੰਜ ਬਾਣੀਆਂ ਰਾਈਟ ਜਪਜੀ ਸਾਹਿਬ ਜਪ ਸਾਹਿਬ ਸਵਈਏ ਅਨੰਦ ਸਾਹਿਬ ਰਾਈਟ ਜੋਪੀ ਐਂਡ ਅਨੰਦ ਸਾਹਿਬ ਉਹਨਾਂ ਨੂੰ ਨਮਾਜ਼ ਨਾਲ ਪਿਆਰ ਵੀ ਹੋ ਗਿਆ ਸੀ ਇੱਕ ਦਿਨ ਮਾਂ ਨੂੰ ਦਰੀ ਹੈ ਥੱਲੇ ਸ਼ੱਕਰ ਰੱਖਣੀ ਭੁੱਲ ਗਈ ਪਰ ਨਮਾਜ਼ ਪਿੱਛੋਂ ਜਦੋਂ ਫ੍ਰੀਜ ਜੀ ਨੇ ਦਰੀ ਚੁੱਕੀ ਤਾਂ ਉਸ ਤੇ ਥੇਹਾ ਸ਼ੱਕਰ ਪਈ ਸੀ ਇਸ ਕਰਾਮਾਤ ਨਾਲ ਫਰੀਦ ਜੀ ਦਾ ਫਰੀਦ ਜੀ ਦਾ ਰੱਬ ਵਿੱਚ ਯਕੀਨ ਪੱਕਾ ਹੋ ਗਿਆ ਮਾਂ ਨੇ ਉਹਨਾਂ ਦਾ ਨਾਂ ਸ਼ੱਕਰਗੰਜ ਮਤਲਬ ਮਿੱਠੇ ਦਾਕਰ ਰੱਖ ਦਿੱਤਾ ਸੋ ਗੰਜ ਮੀਨਸ ਕਰ ਫਰੀਦ ਜੀ ਖੋਤਵਾਲ ਦੇ ਮਦਰਸੇ ਵਿੱਚ ਪੜ੍ਹੇ ਮਦਰਸਾ ਇਸ ਲਾਈਕ ਵੀ ਹੈਵ ਦਾ ਗੁਰਦੁਆਰਾ ਸਕੂਲ ਰਾਈਟ ਖਾਲਸਾ ਸਕੂਲ ਫਿਰ ਪੜ੍ਹਾਈ ਕਰਨ ਲਈ ਕਾਬਲ ਚਲੇ ਗਏ ਜਦ ਮਲਤਾਨ ਵਾਪਸ ਆਏ ਤਾਂ ਆਪ ਖਵਾਜਾ ਕুতਬਉਦਦੀਨ ਬਖਿਆਰ ਬਖਤਿਆਰ ਕਾਕੀ ਜੀ ਨੂੰ ਮਿਲੇ ਖਵਾਜਾ ਕুতਬਉਦਦੀਨ ਬਖਤਿਆਰ ਕਾਕੀ ਉਹਨਾਂ ਨੇ ਫਰੀਦ ਜੀ ਨੂੰ ਆਪਣਾ ਮੁਰੇਦ ਬਣਾ ਲਿਆ ਕਾਕੀ ਜੀ ਉਹਨਾਂ ਦੇ ਮਿੱਠੇ ਸੁਭਾਅ ਤੋਂ ਬਹੁਤ ਖੁਸ਼ ਸੀ ਉਸਨੇ ਵੀ ਫਰੀਦ ਜੀ ਨੂੰ ਅਸੀਸ ਦਿੱਤੀ ਕਿ ਤੂੰ ਸ਼ੱਕਰ ਵਰਗਾ ਮਿੱਠਾ ਹੈ ਕਾਕੀ ਜੀ ਫਰੀਦ ਜੀ ਨੂੰ ਦਰਮਦੀ ਮਾਲਾ ਦਾ ਸਭ ਤੋਂ ਮਹੱਤਵਪੂਰਨ ਮਨਕਾ ਆਕਦੇ ਸਨ ਮਹੱਤਵਪੂਰਨ ਮੀਨ ਇੰਪੋਰਟੈਂਟ ਸਿਗਨੀਫੀਕੈਂਟ ਫਰੀਦ ਜੀ ਦੇ 8 ਬੱਚੇ ਹੋਏ ਫਰੀਦ ਜੀ ਨੇ ਘਰ ਵਿੱਚ ਰਹਿ ਕੇ ਵੀ ਫਕੀਰਾਂ ਵਾਲਾ ਜੀਵਨ ਬਤਾਇਆ ਬਾਬਾ ਫਰੀਦ ਜੀ ਸੂਫੀਆਂ ਦੇ ਚਿਸ਼ਤੀ ਪੰਥ ਨਾਲ ਜੁੜੇ ਫਰੀਦ ਜੀ ਨੇ ਸਾਰਾ ਕੁਰਾਨ ਸ਼ਰੀਫ ਜ਼ੁਬਾਨੇ ਯਾਦ ਕਰ ਲਿਆ ਇਸ ਲਾਈਕ ਮੈਮੋਰਾਇਜ਼ਿੰਗ ਗੁਰੂ ਗ੍ਰੰਥ ਸਾਹਿਬ ਚਿੱਲੇ ਕੱਟੇ ਦੈਟਸ ਲਾਈਕ ਫਾਸਟਿੰਗ ਯੂ ਸਿਟ ਵਿਦ ਯੂਰ ਹੈਡ ਡਾਊਨ ਫਾਰ 40 ਡੇਸ ਯੂ ਡੋਨਟ ਸਪੀਕ ਚਿੱਲੇ ਕੱਟਣ ਦਾ ਮਤਲਬ ਹੈ ਕਿ ਉਹਨਾਂ ਨੇ 40 ਦਿਨ ਤੱਕ ਕਮਰੇ ਵਿੱਚ ਬੰਦ ਰਹਿ ਕੇ ਸਿਰ ਨੀਵਾ ਰੱਖਿਆ ਤੇ ਰੱਬ ਦਾ ਨਾਮ ਲਿਆ ਸੂਫੀਆਂ ਦੀ ਉਸ ਵੇਲੇ ਬਹੁਤ ਇੱਜ਼ਤ ਸੀ ਲੋਕ ਉਹਨਾਂ ਕੋਲ ਆਪਣੇ ਦੁੱਖ ਰੋਗ ਦੂਰ ਕਰਵਾਉਣ ਲਈ ਆਉਂਦੇ ਬਾਬਾ ਫਰੀਦ ਨੇ 20 ਸਾਲ ਇਸਲਾਮ ਦਾ ਪ੍ਰਚਾਰ ਕੀਤਾ ਸੋ ਪ੍ਰਚਾਰ ਕੈਨ ਬੀ ਸਪੈਲਡ ਇਨ ਟੂ ਵੇਸ ਉਹਨਾਂ ਦੇ ਨਾਲ ਵੀ ਖਲੀਫੇ ਵੀ ਸਨ ਖਲੀਫੇ ਉਹਨਾਂ ਦੇ ਇਸਲਾਮ ਦਾ ਪ੍ਰਚਾਰ ਕਰਨ ਵਿੱਚ ਮਦਦ ਕਰਦੇ ਖਲੀਫੇ ਉਸ ਤਰ੍ਹਾਂ ਹੀ ਸਨ ਜਿਸ ਤਰ੍ਹਾਂ ਕਿ ਸਿੱਖਾਂ ਦੇ ਗ੍ਰੰਥੀ ਸਾਹਿਬ ਇਸ ਲੇਖ ਦੇ ਵਿੱਚ 441 ਸ਼ਬਦ ਨੇ ਜੇ ਤੁਸੀਂ 70 ਸ਼ਬਦ ਪੜ੍ਹਦੇ ਹੋ ਤੇ ਤੁਸੀਂ 6-7 ਮਿੰਟ ਵਿੱਚ ਇਹ ਲੇਖ ਪੜ੍ਹ ਲੋਗੇ ਪਾਰਟ 2 ਪਾਠ 11.2 ਬਾਬਾ ਫਰੀਦ ਜੀ ਦੇ ਸ਼ਲੋਕ ਅਤੇ ਅਰਥ ਲੇਖਕ ਡਾਕਟਰ ਅਮਰਪਾਲ ਸਿੰਘ ਖੰਨਾ ਬਾਬਾ ਫਰੀਦ ਜੀ ਨੇ ਰੋਹਾਨੀ ਦਿਲ ਨੂੰ ਚੰਗੀ ਲੱਗਣ ਵਾਲੀ ਵਿਰਾਗਮਈ ਅਤੇ ਰੱਬ ਦੀ ਯਾਦ ਕਰਵਾਉਣ ਵਾਲੀ ਬਾਣੀ ਰਚੀ ਉਹਨਾਂ ਦੀ ਬਾਣੀ ਨੂੰ ਸ਼ਲੋਕ ਕਿਹਾ ਜਾਂਦਾ ਹੈ ਸ਼ਲੋਕ ਮੀਨ ਕਪਲੇਟਸ ਟੂ ਲਾਈਨਸ ਇੱਥੇ ਬਾਬਾ ਫਰੀਦ ਦੀ ਰਚਨਾ ਵਿੱਚੋਂ ਕੁਝ ਸ਼ਲੋਕ ਲਿਖੇ ਹਨ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਕੁੰਮ ਸਪੀਕ ਆਫਟਰ ਮੀ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਕੁੰਮ ਆਪਨ ਰਹਿ ਕਰ ਜਾਈਐ ਪੈਰ ਤਿਨਾ ਦੇ ਚੁੰਮ ਵਾਟ ਡਸ ਇਟ ਮੀਨ freed those who strike you with their fists, do not turn around and strike. Kiss their feet and return to your own home. It means do not let anger be uh, harbor in your heart. Let go of the anger. If they are bad, you don't become bad. You stay good. Frida, bureda palakar. gussa man dehi rogna na lagai sab kich but does it mean freed treat the evil with goodness do not fill your mind with anger your body shall not be afflicted with disease you shall obtain everything so when we get angry we hurt ourselves to stay healthy we should stay away from anger and it's a hard thing to do so, for your uh, practice uh, homework, you are going to answer these questions. They should be easy questions. And then here, you are going to connect the uh, two parts of the sentences and write the sentences over here. Okay? So that is the lesson for today, and um, hopefully, you have learned to read a little better, you write a little better, and I will see you in the next lesson. Until then, wahigurjika khalsa, wahigurjiki fateh.